सारे लोक तारा परिवार के मैंबरों नू सत श्री अकाल आदाब नमस्कार। अज मैं फिर तुहाडे रूबरू हाँ बहुत सारिया शुभ इच्छावां लैके। अज गल करांगे पंजाब पंजाबी ते पंजाबीयत ते। हेलो जी, मेरी आवाज़ आ रही है? जो कोई आवाज़ सुन रहे हैं प्लीज़ लिखो। शुक्रिया वीर जी। अज गल करते हैं जी पंजाबी मां बोली दे। साडे दोवां पंजाबां एक किहो जिहा दुखांत है कि सानू अपने सूबे दे विच यानी कि पंजाब दे विच मां बोली पंजाबी लागू करान लई रोस धरने मुजाहरे करने पै रहे ने, जुलूस कढ़ने पै रहे सरकार दे कन्नां तक ये आवाज़ पहुँचाने लई। इस तो वड्डे दुख की गल की होएगी, त्रास दी की होएगी कि अपनी मां बोली नू लागू कराने लई जे अपने सूबे च ही सानू जदोजहद करना पै रहा है तो बाहर साडा की बनेगा। इधरले पंजाब च भी उधरले पंजाब दे विच भी यही कुछ वापर रहा है। रोज़ खबरां च आ रहा है कि पंजाबी मां बोली पंजाबी नू लागू कराने लई फलाणी थां धरना हो गया, जिथे अपनी मां बोली बोलन ते जुर्माना लगता होवे, जिथे अपनी मां बोली बोलना गुनाह होवे समझिया जांदा होवे, उत्थे किवें सरवाइव कर सकदा बंदे दा? पंजाबी दी गल, पंजाब दी गल जां पंजाबीयत दी गल की कर सकदा जदों तुहाडा अपना ही मच मार दिता जाए? तुहानू बोलन दा, तुहाडे बोलन ते पाबंदियां होण, तुसीं अपनी गल भी ना कह सकदे होवो, उत्थे किन्ना वड्डे तुहानू संघर्ष दे विच्चों लंघना पै सकदा है। मैनू कई कहिंदे जी पंजाबी गवारां दी बोली है, पंजाबी बोलदे सानू शर्म आउंदी है। शाबाशी, जे नानक दी बोली, बुल्ले दी बोली, वारस दी बोली, फरीद दी बोली गवारां दी बोली है, पेंडुआं दी बोली है। साडा तां विरसा सभ्याचार है ही पिंडां दे विच, साडी बोली ते असली बोली तो साडी पिंडां दे विच है, साडियां जड़ां उत्थे ने। जे सानू अपने आप नूं पंजाबी बोलदे थानू महसूस हुंदा है कि असीं गंवार हाँ जां इह गंवारां दी बोली है, तां मैनूं अपने आप नूं गंवार कहलाउण दे विच बड़ा फखर महसूस हो रहा है। दुनिया दा सब तो जे मैं क्लासिक साहित दी गल करां तां श्री गुरु ग्रंथ साहिब तो उत्ते कोई भी रचना नहीं है। ਕਿਹੜਾ ਵਿਸ਼ਾ ਨਹੀਂ ਉਹਦੇ 'ਚ ਹੋਇਆ ਗਿਆ? ਗੁਰਮੁਖੀ ਦੇ ਵਿੱਚ ਹੈ, ਪੰਜਾਬੀ ਦੇ ਵਿੱਚ ਹੈ, ਉਹਦੇ 'ਚ ਹਰ ਗੱਲ ਕੀਤੀ ਗਈ ਹੈ। ਸਾਇੰਟੀਫਿਕਲੀ ਦੇਖ ਲਓ, ਕਿਸੇ ਮੁੱਦੇ ਨੂੰ ਲੈ ਲਓ ਤੁਸੀਂ, ਉਸ ਦੇ ਵਿੱਚ ਜੇ ਗੁਰੂ ਸਾਹਿਬ ਗੱਲ ਕਰ ਸਕਦੇ ਨੇ, ਉਹਨਾਂ ਨੇ ਕੀਤੀ ਹੈ ਬੜੇ ਸਰਲ ਸੌਖੇ ਸਪਸ਼ਟ ਤਰੀਕੇ ਦੇ ਨਾਲ। ਵਾਰਸ ਦੀ ਹੀਰ ਪੜ੍ਹ ਲਓ, ਉਹਦੇ ਵਿੱਚ ਕੀ ਨਹੀਂ ਹੈ। ਸੂਫੀ ਕਾਵਿ ਪੜ੍ਹ ਲਓ, ਜੇ ਪੰਜਾਬੀ 'ਚ ਉਹ ਗੱਲ ਕਰ ਰਹੇ ਨੇ ਤਾਂ ਫਿਰ ਪੰਜਾਬੀ ਗਵਾਰਾਂ ਦੀ ਬੋਲੀ ਕਿਵੇਂ ਹੋਊਗੀ ਜਾਂ ਪੰਜਾਬੀ ਅਨਪੜ੍ਹਾਂ ਦੀ ਬੋਲੀ ਕਿਵੇਂ ਹੋ ਗਈ? ਸਾਨੂੰ ਬੋਲਦੇ ਹੋਏ ਸ਼ਰਮ ਕਿਉਂ ਆ ਰਹੀ ਹੈ? ਮੇਰਾ ਦਾਗਿਸਤਾਨ ਬੜੇ ਲੋਕਾਂ ਨੇ ਪੜ੍ਹਿਆ ਹੋਵੇ, ਹਰ ਪੜ੍ਹੇ ਲਿਖੇ ਨੇ ਉਹ ਬੁੱਧੀਜੀਵੀ ਨੇ ਉਹ ਪੜ੍ਹਿਆ ਹੋਏਗਾ। ਮੈਂ ਉਸ 'ਚੋਂ ਇੱਕ ਛੋਟੀ ਜਿਹੀ ਮਿਸਾਲ ਦੇ ਰਹੀ ਹਾਂ। ਕੋਈ ਬੰਦਾ ਦੇਸਾਂ ਵਿਦੇਸਾਂ 'ਚ ਘੁੰਮ ਕੇ ਆਪਣੇ ਦੇਸ਼ ਵਾਪਸ ਆਇਆ, ਇੱਕ ਮਾਂ ਨੂੰ ਮਿਲਦਾ, ਉਹ ਪੁੱਛਦੀ ਹੈ ਮੇਰੇ ਪੁੱਤਰ ਨੂੰ ਮਿਲਿਆ? ਕਹਿੰਦਾ ਹਾਂਜੀ ਮੇਰੇ ਨਾਲ ਹੀ ਹੈ, ਮੈਂ ਉਸ ਨੂੰ ਮਿਲਿਆ ਹਾਂ। ਮਾਂ ਪੁੱਛਦੀ ਉਹਨੇ ਕੀ ਅਵਾਰ, ਉਹਨਾਂ ਦੀ ਮਾਂ ਬੋਲੀ ਅਵਾਰ ਹੈ, ਅਵਾਰ ਦੇ ਵਿੱਚ ਗੱਲ ਕੀਤੀ ਸੀ? ਉਹ ਬੰਦਾ ਕਹਿੰਦਾ ਨਹੀਂ, ਉਹਨੇ ਖੇਤਰੀ ਭਾਸ਼ਾ ਉੱਥੋਂ ਦੀ ਜਿਹੜੀ ਬੋਲੀ ਹੈ ਉਹਦੇ ਵਿੱਚ ਉਹ ਮੇਰੇ ਨਾਲ ਗੱਲਾਂ ਕਰਦਾ ਰਿਹਾ। ਮਾਂ ਨੇ ਮੂੰਹ 'ਤੇ ਪੱਲਾ ਕਰ ਲਿਆ। ਅਵਾਰ ਦੇ ਵਿੱਚ ਦਾਗਿਸਤਾਨ 'ਚ ਇਹ ਰਿਵਾਜ਼ ਹੈ ਕਿ ਜਦੋਂ ਕੋਈ ਮਰ ਜਾਂਦਾ ਤਾਂ ਉਹ ਘੁੰਡ ਕੱਢ ਲੈਂਦੇ, ਪੱਲਾ ਕਰ ਲੈਂਦੇ। ਮਾਂ ਨੇ ਪੱਲਾ ਕਰ ਲਿਆ ਕਿ ਮੇਰਾ ਪੁੱਤਰ ਆਪਣੀ ਮਾਂ ਬੋਲੀ ਤੋਂ ਬੇਮੁੱਖ ਹੋ ਗਿਆ, ਮੇਰੇ ਲਈ ਉਹ ਮਰ ਗਿਆ। ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ? ਜੇ ਅਸੀਂ ਆਪਣੀ ਮਾਂ ਬੋਲੀ ਤੋਂ ਬੇਮੁੱਖ ਹੁੰਦੇ ਹਾਂ, ਮੈਂ ਤਾਂ ਉਹਨਾਂ ਨੂੰ ਗੱਦਾਰ ਕਹਾਂਗੀ। ਦੂਜੀ ਗੱਲ, ਦੋਨਾਂ ਪੰਜਾਬਾਂ ਦੇ ਵਿੱਚ ਸਾਡਾ ਲਿਪੀ ਦਾ ਵਖਰੇਵਾਂ ਤਾਂ ਹੈ, ਉੱਧਰ ਸ਼ਾਹਮੁਖੀ ਹੈ ਜਾਂ ਪਰਸ਼ੀਅਨ
ਲਿਪੀ ਦੇ ਵਿੱਚ ਲਿਖੀ ਜਾਂਦੀ ਹੈ, ਸਾਡੇ ਇੱਥੇ ਗੁਰਮੁਖੀ ਦੇ ਵਿੱਚ। ਦੋਨੇ ਪੰਜਾਬਾਂ ਦੇ ਵਿੱਚ ਪੜ੍ਹਨ ਵਾਲੇ ਬਹੁਤ ਘੱਟ ਹੈ। ਮੈਂ ਜਦੋਂ ਲਾਹੌਰ ਗਈ ਉੱਥੇ ਮੈਂ ਦੇਖਿਆ ਮੁਨੀਰ ਹੁਸ਼ਿਆਰਪੁਰੀਆ, ਅਫਜ਼ਲ ਸਾਹਿਰ, ਬਾਬਰ ਜਲੰਧਰੀ, ਅੰਜਮ ਗਿੱਲ, ਡਾਕਟਰ ਕਲਿਆਣ ਸਿੰਘ ਕਲਿਆਣ, ਆਪਣੇ ਜ਼ਿਆਉਲ ਜ਼ਹੀਰ ਹੋਣੀ, ਕਮਰੁਜ਼ਮਾਂ ਹੋਣੀ, ਤੌਕੀਰ ਚੁਗਤਾਈ ਸਾਹਿਬ, ਇਹ ਸਾਰੇ ਗੁਰਮੁਖੀ ਲਿਪੀ ਤੋਂ ਵਾਕਿਫ ਨੇ, ਨਵੇਂ ਬੱਚੇ ਲਿਖ ਰਹੇ ਨੇ। ਮੈਨੂੰ ਬੜੀ ਖੁਸ਼ੀ ਹੋਈ ਕਿ ਅਸੀਂ ਦੋਹਾਂ ਪੰਜਾਬ ਦਾ ਅਦਬ ਪੜ੍ਹ ਸਕਦੇ ਹਾਂ। ਪਰ ਇੱਧਰ ਮੈਂ ਰੁਝਾਨ ਘੱਟ ਦੇਖਿਆ ਕਿ ਸ਼ਾਹਮੁਖੀ ਨੂੰ ਪੜ੍ਹਨ ਜਾਂ ਫਾਰਸੀ ਲਿਪੀ ਤੋਂ ਜਾਣੂ ਹੋਣ। ਜਦੋਂ ਤੱਕ ਅਸੀਂ ਦੋਵੇਂ ਪੰਜਾਬਾਂ ਦਾ ਆਪਸ 'ਚ ਸਾਹਿਤ ਨਹੀਂ ਪੜ੍ਹਾਂਗੇ, ਪੰਜਾਬੀ ਸਾਹਿਤ, ਤਾਂ ਅਸੀਂ ਕਿਵੇਂ ਵਾਕਿਫ ਹੋਵਾਂਗੇ? ਉਹਨਾਂ ਦੀ ਜਦੋਂ ਮੈਂ ਪੋਇਟਰੀ ਪੜ੍ਹਦੀ ਹਾਂ, ਉਹਨਾਂ ਦੀ ਕਵਿਤਾ ਪੜ੍ਹਦੀ ਹਾਂ, ਬੜੀ ਸਰਲ ਸੌਖੇ ਢੰਗ ਨਾਲ ਜਜ਼ਬਾਤ ਜਿਹੜੇ ਉਹਨਾਂ ਨੇ ਦੱਸਣੇ ਹੁੰਦੇ ਹੈ, ਨੁਮਾਇਆਂ ਕਰਨੇ ਹੁੰਦੇ ਹੈ, ਬੜੇ ਖੂਬਸੂਰਤੀ ਢੰਗ ਖੂਬਸੂਰਤ ਢੰਗ ਨਾਲ ਉਹ ਕਰ ਜਾਂਦੇ ਹੈ। ਸਾਨੂੰ ਇੰਨੀ ਮੁਸ਼ਕਲ ਕਿਉਂ ਆਉਂਦੀ ਹੈ? ਅਸੀਂ ਆਪਣੀ ਵਿਦਵਤਾ ਕਿਉਂ ਘੋਟਦੇ ਹਾਂ? ਕਵਿਤਾ ਜਿਹੜੀ ਕਿ ਨਾਜ਼ੁਕ ਅੰਦਾਮ ਹੈ, ਅਸੀਂ ਕਹਿੰਦੇ ਹਾਂ ਗਜ਼ਲ ਹੈ, ਨਜ਼ਮ ਹੈ, ਜੋ ਵੀ ਹੈ, ਬੜੀ ਸੌਖੇ ਤਰੀਕੇ ਨਾਲ ਲੋਕ ਬੋਲੀ 'ਚ ਲੋਕਾਂ ਨੂੰ ਸਮਝ ਆਉਣ ਵਾਲੀ ਹੋਵੇ। ਜਦੋਂ ਉਹਦੇ 'ਚ ਅਸੀਂ ਬ੍ਰਹਿਮੰਡ, ਹੋਰ ਬੜੇ ਲਫ਼ਜ਼ ਇਹੋ ਜਿਹੇ ਪਾ ਦਿੰਦੇ ਜਿਹੜੇ ਨਾ ਗਾਏ ਜਾ ਸਕਣ, ਨਾ ਉਚਾਰੇ ਜਾ ਸਕਣ, ਉਹ ਕਵਿਤਾ ਕਵਿਤਾ ਨਹੀਂ ਰਹਿੰਦੀ। ਮੈਂ ਤੁਹਾਨੂੰ ਨਿੱਕੀ ਜਿਹੀ ਉਦਾਹਰਨ ਦਿੰਦੀ ਹਾਂ। ਮੇਰੀ ਪੰਜਾਬੀ ਦੀ PhD ਪਾਕਿਸਤਾਨੀ ਪੰਜਾਬੀ ਨਾਵਲ 'ਤੇ ਸੀ। ਮੈਂ 1997 ਜਦੋਂ ਪਾਕਿਸਤਾਨ ਗਈ, ਮੇਰੇ ਬਹੁਤੇ ਨਾਵਲ ਜਨਾਬ ਫਖਰ ਜ਼ਮਾਂ ਸਾਹਿਬ ਜਾਂ ਜਨਾਬ ਅਫਜ਼ਲ ਹਸਨ ਰੰਧਾਵਾ ਸਾਹਿਬ ਦੇ ਸੀ। ਹੋਰ ਰਾਈਟਰ ਵੀ ਸੀ, 15 ਰਾਈਟਰ ਮੈਂ ਕਵਰ ਕੀਤੇ। ਅਫਜ਼ਲ ਹਸਨ ਸਾਹਿਬ ਮੈਨੂੰ ਉਦੋਂ ਨਹੀਂ ਮਿਲੇ, ਮੈਂ ਆਪਣਾ ਥੀਸਿਸ ਡਾਕਟਰ ਸ਼ਹਿਬਾਜ਼ ਮਲਿਕ ਜਿਹੜੇ ਮੁਖੀ ਪੰਜਾਬੀ ਵਿਭਾਗ ਸੀਗੇ ਉਹਨਾਂ ਨੂੰ ਦੇ ਆਈ। 2004 ਦੇ ਵਿੱਚ ਵਰਲਡ ਪੰਜਾਬੀ ਕਾਨਫਰੰਸ ਚੰਡੀਗੜ੍ਹ 'ਚ ਸ਼ਿਵਾਲਿਕ ਹੋਟਲ 'ਚ ਹੋਈ। ਉੱਥੇ ਅਫਜ਼ਲ ਹਸਨ ਰੰਧਾਵਾ ਸਾਹਿਬ ਆਏ ਹੋਏ ਸੀ, ਮੈਂ ਉਹਨਾਂ ਨੂੰ ਮਿਲੀ, ਮੇਰੇ ਨਾਲ ਮੇਰੀਆਂ ਕੁਲੀਗਸ ਵੀ ਸੀ। ਉਹ ਹੌਲ 'ਚ ਨਾ ਬੈਠੇ ਜਿੱਥੇ ਕਿ ਪਰਚੇ ਪੜ੍ਹੇ ਜਾ ਰਹੇ ਸੀ, ਨਾਲ ਦੇ ਛੋਟੇ ਜਿਹੇ ਹੌਲ 'ਚ ਬੈਠੇ। ਉਹਨਾਂ ਨੂੰ ਮੈਂ ਪੁੱਛਿਆ ਕਿ ਰੰਧਾਵਾ ਸਾਹਿਬ, ਅੰਦਰ ਪਰਚੇ ਪੜ੍ਹੇ ਜਾ ਰਹੇ ਨੇ, ਤੁਸੀਂ ਉੱਥੇ ਕਿਉਂ ਨਹੀਂ ਬੈਠੇ? ਪੰਜਾਬੀ 'ਚ ਪਰਚੇ ਪੜ੍ਹੇ ਜਾ ਰਹੇ ਸੀ। ਉਹ ਕਹਿੰਦੇ, ਬੜੇ ਉਦਾਸ ਲਹਿਜ਼ੇ 'ਚ ਬੋਲੇ, ਕਹਿੰਦੇ ਮੇਰੇ 'ਤੇ ਪਿੜ ਪੱਲੇ ਹੀ ਕੁਝ ਨਹੀਂ ਪਿਆ, ਪਤਾ ਨਹੀਂ ਕਿਹੋ ਜਿਹੀ ਪੰਜਾਬੀ ਬੋਲੀ ਜਾ ਰਹੀ ਹੈ। ਦਿੱਲੀ ਦੇ ਇੱਕ ਡਾਕਟਰ ਸਾਹਿਬ ਅੰਦਰ ਪਰਚਾ ਪੜ੍ਹ ਰਹੇ ਸੀ, ਕਹਿੰਦੇ ਉਹਨਾਂ ਨੇ ਜੇਬ 'ਚ ਇੱਕ ਡਾਇਰੀ ਕੱਢੀ ਸ਼ਾਹਮੁਖੀ 'ਚ, ਉਹਦੇ 'ਚ ਲਫ਼ਜ਼ ਲਿਖੇ ਹੋਏ ਸੀ ਜਿਹੜੇ ਕਿ ਪਰਚੇ 'ਚ ਵਰਤੇ ਡਾਕਟਰ ਨੇ, ਡਾਕਟਰ ਸਾਹਿਬ ਜਿਹੜੇ ਪੜ੍ਹ ਰਹੇ ਸੀ। ਅਭਿਵਿਅਕਤੀ, ਅਭਿਵਿਅੰਜਨ, ਅਨੁਭੂਤੀ, ਅਭਿਪ੍ਰਾਏ, ਸਾਰਾਂਸ਼, ਉਹ ਕਹਿੰਦੇ ਇਹ ਕਿਹੋ ਜਿਹੀ ਬੋਲੀ ਹੈ, ਇਹ ਪੰਜਾਬੀ ਹੈ? ਮੈਨੂੰ ਇਹ ਸਮਝ ਨਹੀਂ ਆਈ। ਪਹਿਲਾਂ ਤਾਂ ਲਿਪੀ ਦਾ ਹੀ ਵਖਰੇਵਾਂ ਸੀ, ਜੇ ਹੁਣ ਬੋਲ ਚਾਲ ਦੀ ਬੋਲੀ ਤੋਂ ਹੀ ਅਸੀਂ ਆਵਾਜ਼ਾਰ ਹੋ ਗਏ, ਇਹੀ ਨਾ ਸਮਝ ਸਕੇ ਤਾਂ ਸਾਡਾ ਕੀ ਬਣੇਗਾ? ਇਹ ਤਾਂ ਉਦਾਸ ਹੋਣ ਵਾਲੀ ਗੱਲ ਹੀ ਹੈ ਸੀ ਉਹਨਾਂ ਦੀ। ਉਹ ਗੱਲ ਮੈਨੂੰ ਡੁੰਬ ਗਈ। ਮੈਂ ਪੋਸਟ ਪਾਉਂਦੀ ਹਾਂ, ਅਜਮਲ ਸ਼ਰੀਫ ਸਾਹਿਬ ਨੇ ਲੈਂਦੇ ਪੰਜਾਬ ਤੋਂ, ਉਹ ਮੇਰੀ ਪੋਸਟ ਨੂੰ, ਮੇਰੀ ਫੋਟੋ ਨੂੰ ਨਾਲ ਗੁਰਮੁਖੀ 'ਚ ਪੰਜਾਬੀ 'ਚ ਕਰਕੇ ਮੈਨੂੰ ਭੇਜਦੇ ਹਾਂ। ਮੈਨੂੰ ਇੰਨਾ ਅੱਛਾ ਲੱਗਦਾ ਹੈ ਕਿ ਕਮਾਲ ਹੈ, ਇੱਕ ਬੰਦਾ ਉੱਥੇ ਗੁਰਮੁਖੀ ਤੋਂ ਵਾਕਫ ਹੈ ਔਰ ਮੈਨੂੰ ਉਹ ਮੇਰੀ ਪੋਸਟ ਨੂੰ ਪੰਜਾਬੀ 'ਚ ਯਾਨੀ ਕਿ ਗੁਰਮੁਖੀ 'ਚ ਕਰਕੇ ਸਾਡੀ ਲਿਪੀ 'ਚ ਭੇਜ ਰਿਹਾ। ਉਹ ਵੀ ਸਮਝ ਰਹੇ ਹੈ, ਅਸੀਂ ਵੀ ਸਮਝ ਰਹੇ ਹਾਂ, ਇਹ ਪਾੜਾ ਮਿਟਣਾ ਚਾਹੀਦਾ, ਨਹੀਂ ਤਾਂ ਅਸੀਂ ਬੋਲ ਚਾਲ ਦੀ ਬੋਲੀ ਤੋਂ ਵੀ ਔਖੇ ਹੋ ਜਾਂਦੇ ਸਮਝਣ ਤੋਂ। ਮੈਂ ਹੁਣ ਪਿੱਛੇ ਫਰਵਰੀ 'ਚ ਵਰਲਡ ਪੰਜਾਬੀ ਕਾਨਫਰੰਸ 'ਤੇ ਗਈ ਲਾਹੌਰ। 2004 'ਚ ਜੋ ਗੱਲ ਹੋਈ ਸੀ, ਮੈਨੂੰ ਇਹ ਕਹਿੰਦੇ ਸ਼ਰਮ ਨਹੀਂ ਆਉਂਦੀ ਜਾਂ ਕੋਈ ਉਹ ਨਹੀਂ ਹੈ, ਅਫਸੋਸ ਹੋ ਰਿਹਾ। ਹੁਣ ਵੀ ਜਿਹੜੇ ਪਰਚੇ ਪੜ੍ਹੇ ਗਏ ਉਸ 'ਚੋਂ 30% ਉੱਥੋਂ ਦੇ ਲੋਕਾਂ ਦੇ ਪੱਲੇ ਪਏ ਹੋਣੇ, ਬਾਕੀ ਨਹੀਂ। ਕਵਿਤਾਵਾਂ ਕੁਛ ਪੈ ਗਈਆਂ, ਕੁਛ ਜਿਹੜੀਆਂ ਕਿ ਉਹਨਾਂ ਨੂੰ ਸਮਝ ਆਈਆਂ ਜਾਂ ਸਮਝਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ, ਪਰ ਪਰਚੇ ਨਹੀਂ। ਪਰਚਿਆਂ ਦੇ ਵਿੱਚ ਉਹੀ ਵਿਦਵਤਾ ਘੁੱਟੀ ਹੋਈ, ਜਾਂ ਪੰਜਾਬੀ ਇੰਨੀ ਸਾਡੀ ਬਦਲ ਗਈ, ਜਾਂ ਦੂਜੀ ਭਾਸ਼ਾ ਦਾ ਉਹਦੇ 'ਤੇ ਅਸਰ ਆ ਗਿਆ। ਮੈਂ ਨਹੀਂ ਕਹਿੰਦੀ ਦੂਜੀ ਭਾਸ਼ਾ ਨਾ ਅਪਣਾਓ, ਜ਼ਰੂਰ ਅਪਣਾਓ, ਬੋਲਣੀ ਵੀ ਚਾਹੀਦੀ, ਸਾਨੂੰ ਸਮਝਣੀ ਵੀ ਚਾਹੀਦੀ ਹੈ। ਬਾਹਰ ਜਾਣਾ ਤਾਂ ਅਸੀਂ ਜੇ ਬਾਹਰ ਜਾ ਕੇ
फ्रेंच पढ़ते हैं जां उत्थों दी बोली सीखते हैं, कोई हर्ज नहीं। पर जदों तुसी किते पेपर पढ़ रहे हो जां कविता लिख रहे हो तां घट्टो घट्ट सरल सौखी समझ आम लोगों के समझ आ सके। मैं पाकिस्तान गई जदों 1993 निक्के निक्के गल्लां तुहाडे नाल करूँगी। उत्थे सैयद नजम हुसैन साहब नजम मैनूं मिले, उन्हां नाल मेरी मुलाकात हुई गुरद्वारा साहब दे विच। उत्थे लहरां दे प्रोग्राम वाले मैं ऑफिस दे विच महमूद साहब से, स्कूली पद्धर ते उत्थे पंजाबी नहीं है, कॉलेज सी उदों, हुण ते यूनिवर्सिटी च वी है, डॉक्टर कल्याण सिंह कल्याण होना मेरी घर भी उत्थे पंजाबी दी एम ए है, उत्थे गुरमत साहित्य सूफी साहित्य भी उन्हां दे सिलेबस का हिस्सा है। ये 93 दी गल मैं कर रही हूँ। स्कूल पद्धर ते शायद हुण भी नहीं, मैनू इन्ना नहीं पता पक्का, पर नहीं है उन्हूं लागू करवाने लई उत्थे अज भी मुजाहरे हो रहे ने जो है। ते नज़म साहब नूं मैं कहा स्कूल पद्धर च तुहाडे पंजाबी है नहीं, लागू नहीं हुई, कॉलेज च है थोड़ी तो वह गल हो गई बई असी बैठक पाई नहीं, चुबारा छत लिया। एक बच्चा जिहड़ा स्कूली पद्धर तो नहीं पढ़ रहा अपनी पंजाबी मां बोली, वो बीए च किवें पढ़ूगा, उन्हें किवें समझ आऊगी, बोलना आ सकता है पर वो उन्ना ग्रहण नहीं कर सकेगा, उसनू जज्ब नहीं कर सकेगा। बोलनी हो गल लिखत च जदों आनी है उदों थोड़ा फर्क होना ही होना। वो मेरी इस गल नाल मुतफिक होए, सहमत होए, कहिंदे पर असी करिए कि ये दोवें पासे दीआं साडीआं सरकारां ने सिलेबस की मैं गल कर रही, साडे मैं पंजाब स्कूल सिक्ख्या बोर्ड दे विच 30 साल पाठ पुस्तकां ही बनाईआं पंजाबी ते उर्दू दीआं, उर्दू दीआं ते असी NCERT दीआं ही सिलेबस थोड़ा करके लागू करते सी। पंजाबी दीआं कैदे तो लैके प्लस टू तक मैं पाठ पुस्तकां बनाउंदी रही। सानू भी मुश्किलें दरपेश आउंदियां सी क्योंकि जे असी पाठ पा रहे भगत सिंह होना तो असी किसी के बच्चों के पद्धर ते आके कोई पाठ लिख रहे हैं, सौखा लिख रहे हैं। जदों वह अकादमिक साढ़े सैशन दे विच जाना है जा कमेटी च जाना है, जी अकादमिक कमेटी है, उत्थे विद्वान आए हुए हैं, यूनिवर्सिटी के मैंबर हैं, कॉलेजों तो हैं, उन्होंने वो नहीं देखना। जा साडे जिहड़े उस वेले दे हैड ने कोई भी ABC उन्होंने पसंद नहीं आ सकते, उन्होंने चुप सकदियां वो गल्लां, सानू भी मुश्किल आउंदियां रहियां, पर फिर भी असी अपने सिलेबस दे विच जिन्ना भी स्कूली पद्धर दा बच्चों के लैवल का हर एक चीज़ जो कुरिकुलम असी बनाउंदे सी पाठक्रम के हिसाब नाल, क्लास के हिसाब नाल, उहदे च असी खेडां दी गल, देशभगतां दी गल, अपने रिश्तियां दी गल, रुत्तां दी गल, त्यौहारां दी गल, बनस्पति दी गल, खेतीबाड़ी किसानी नाल संबंधित गल्लां दी गल करदे सी। ये गल्लां हुंदियां सी जिहड़ियां कि साडे पाठक्रम का हिस्सा बनना बहुत जरूरी है। मैं इन्नियां कु तुहाडे नाल गल्लां करदी हां जदों कि असी पंजाबी अदीबां नूं मैं हुण एक गुजारिश करदी हां, बेनती है कि इहदे हक दे विच खड़े होण, हाँ दा नारा मार। ये ना कह कई बड़े कहिंदे ने जी मैनूं पंजाबी चों ख्याल नहीं आते, मैं पंजाबी च लिख नहीं सकदा जां सकदी, ये किवें हो सकदा है जी? एडे एडे साहित्य, पुरातन साहित, अपना साहित दा इतिहास खोल के फोल के तुसी देख लो, सब कुछ है उहदे च। अज मेरे वर्गे निमाणे जां अजकल दे लेखकां नूं ख्याल नहीं आते, जां उहनां नूं फुरने नहीं फुरदे, जां सुझदा नहीं, लफ्ज़ नहीं आते, की नहीं आते। जब बाबा नजमी उत्तर कह रहा है मैं इकबाल पंजाबी दा अखरां दे विच धर दित्ता है दीवा बाल पंजाबी दा, असीं भी इधर कहने हाँ छड़े सुरजीत पात्र होनी होका दिंदे ने जे माँ बोली बोलन ते जुर्माना लगता है। ते सानू एक मुठ हो के इस दा हमला मारना पैना, मारना चाहिए ता कि असी अपनी माँ बोली तो विमुख ना होइए, जो भी असी अपना एक निश्चा करिए उन्हूं पूरा नभा सके।
ਮੈਂ ਇੱਕ ਗੱਲ ਹੋਰ ਕਹਿੰਦੀ ਵੀ ਸਾਰੇ ਕਹਿੰਦੇ ਨੇ ਜਦੋਂ ਤਰਨਾ ਹੁੰਦਾ ਮੁਜ਼ਾਹਰਾ ਹੁੰਦਾ ਕਿ ਮਾਂ ਬੋਲੀ ਜੇ ਭੁੱਲ ਜਾਵੋਗੇ ਕੱਖਾਂ ਵਾਂਗੂ ਰੁੱਲ ਜਾਵੋਗੇ ਜੇ ਕਿਸੇ ਕੌਮ ਦਾ ਇਤਿਹਾਸ ਸੱਭਿਆਚਾਰ ਉਹਦਾ ਵਿਰਸਾ ਖਤਮ ਕਰਨਾ ਹੈ ਉਹਦੀ ਬੋਲੀ ਖਤਮ ਕਰ ਦਿਓ ਤੁਸੀਂ ਗੀਤਾਂ ਦੀ ਗੱਲ ਕਰਦੇ ਹੋ ਬੜੇ ਲੋਕ ਰੌਲਾ ਪਾਉਂਦੇ ਆ ਵੀ ਲੱਚਰਤਾ ਆ ਗਈ ਗੀਤਾਂ ਦੇ ਵਿੱਚ ਉਹਨਾਂ ਸਾਡੇ ਜੋ ਪੁਰਾਣੇ ਸਾਫ਼ ਸੁਥਰੇ ਗੀਤ ਹੁੰਦੇ ਜਾਂ ਫਿਲਮਾਂ ਹੁੰਦੀਆਂ ਸੀ ਅਸੀਂ ਫੈਮਿਲੀ ਦੇ ਵਿੱਚ ਬੈਠ ਕੇ ਸੁਣਦੇ ਸੀ ਉਹਦੇ ਮਾਵਾਂ ਭੈਣਾਂ ਧੀਆਂ ਸਾਰਾ ਸਾਂਝੇ ਪਰਿਵਾਰ ਸੀ ਅਸੀਂ ਉਹ ਸੁਣਦੇ ਸੀ ਹੁਣ ਕਿਉਂ ਨਹੀਂ ਸੁਣ ਸਕਦੇ ਹੁਣ ਅਸੀਂ ਕੀ ਸਾਨੂੰ ਇਹੋ ਜਿਹੀ ਗੱਲ ਹੋ ਗਈ ਕਹਿੰਦੇ ਜੀ ਚੱਲਦੇ ਨਹੀਂ ਚੱਲਦੇ ਕਿਉਂ ਨਹੀਂ ਬਹੁਤ ਹਾਲੇ ਜਨਤਾ ਸੁਣਨ ਵਾਲੀ ਹੈ ਦੁਨੀਆ ਹੈ ਜੇ ਸੱਭਿਆਚਾਰੀ ਤੁਹਾਡਾ ਖਤਮ ਹੁੰਦਾ ਹੈ ਤਾਂ ਫਿਰ ਤਾਂ ਇਹ ਗਿਣੀ ਮਿੱਥੀ ਸਾਜਿਸ਼ ਵੀ ਹੋ ਸਕਦੀ ਹੈ ਤੁਹਾਨੂੰ ਦੂਰ ਕਰਨ ਦੀ ਸਾਜਿਸ਼ ਵੀ ਹੋ ਸਕਦੀ ਹੈ ਅਸੀਂ ਜਦੋਂ ਕਿਸੇ ਨੂੰ ਗਾਲਾਂ ਕੱਢਦੇ ਹਾਂ ਜਾਂ ਰੋਂਦੇ ਹਾਂ ਵਹਿਣ ਪਾਉਂਦੇ ਹਾਂ ਅਸੀਂ ਪੰਜਾਬੀ ਮਾਂ ਬੋਲੀ 'ਚ ਪਾਉਂਦੇ ਹਾਂ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਕਿਸੇ ਹੋਰ ਭਾਸ਼ਾ 'ਚੋਂ ਗੱਲ ਕਰ ਸਕਦੇ ਹੋ ਜੋ ਆਪਣੀ ਮਾਂ ਬੋਲੀ 'ਚ ਹੁੰਦੀ ਹੈ ਗੀਤ ਹੈ ਗਾਉਣ ਹੈ ਸਾਡੇ ਸਿੱਠਣੀ ਹੈ ਸਾਡੇ ਵਿਆਹਾਂ 'ਚ ਸ਼ਾਦੀਆਂ 'ਚ ਜੋ ਹਾਸੇ ਮਜ਼ਾਕ ਹੈ ਉਹ ਅਸੀਂ ਆਪਣੀ ਮਾਤ ਭਾਸ਼ਾ 'ਚ ਆਪਣੀ ਮਾਂ ਬੋਲੀ 'ਚ ਕਰਦੇ ਹਾਂ ਦੂਜਾ ਕਹਿੰਦੇ ਵੀ ਸ਼ਹਿਰਾਂ ਨੇ ਪਿੰਡਾਂ ਨੂੰ ਖਾਲਿਆ ਖਾਇਆ ਕਿਸੇ ਨੇ ਨਹੀਂ ਪਿੰਡਾਂ ਤੱਕ ਸ਼ਹਿਰ ਪਹੁੰਚ ਗਏ ਸਾਡੀ ਅਸਲੀ ਬੋਲੀ ਅਸਲੀ ਵਿਰਸਾ ਸੱਭਿਆਚਾਰ ਸਾਡਾ ਪਿੰਡਾਂ 'ਚ ਮੈਂ ਇੱਕ ਸ਼ੇਰ ਲਿਖਿਆ ਸੀ ਕਿ ਹਵੇਲੀ ਦੇ ਵਿਹੜੇ ਜਿੰਨੇ ਘਰ ਦੇ ਵਿੱਚ ਰਹਿੰਦੇ ਹਾਂ ਹਵੇਲੀ ਦੇ ਪਿੰਡ ਦੀ ਹਵੇਲੀ ਦੇ ਪਿੰਡ ਦੀ ਹਵੇਲੀ ਦੇ ਵਿਹੜੇ ਜਿੰਨੇ ਘਰ 'ਚ ਰਹਿੰਦੇ ਹਾਂ ਸ਼ਹਿਰ 'ਚ ਆ ਕੇ ਵੱਸ ਗਏ ਹਾਂ ਇਹਨੂੰ ਹੁਣ ਤਰੱਕੀ ਕਹਿੰਦੇ ਹਾਂ ਉਸ ਗੱਲਾਂ ਕਹੀਆਂ ਜਦੋਂ ਅਸੀਂ ਕਹਿੰਦੇ ਸੀ ਵਸਣਾ ਸ਼ਹਿਰ ਭਾਵੇਂ ਹੋਵੇ ਕਹਿਰ ਅੱਜ ਪਿੰਡਾਂ ਦੇ ਵਿੱਚ ਕੀ ਫੈਸਿਲਿਟੀ ਨਹੀਂ ਹੈ ਕੀ ਸਾਨੂੰ ਸੌਖ ਨਹੀਂ ਹੈ ਅਸੀਂ ਕਿਹੜੀ ਸੁਵਿਧਾ ਹੈ ਜਿਹੜੀ ਅਸੀਂ ਨਹੀਂ ਪ੍ਰਾਪਤ ਕਰ ਲਈ ਮੈਂ ਸਗੋਂ ਇਹ ਲੋਕਡਾਊਨ ਦੇ ਦਿਨਾਂ ਦੇ ਵਿੱਚ ਦੇਖਿਆ ਪਿੰਡ ਗੱਲ ਕਰਦੀ ਸੀ ਜਾਂ ਰਿਸ਼ਤੇਦਾਰਾਂ ਨਾਲ ਉਹ ਕਹਿੰਦੇ ਅਸੀਂ ਬੜੇ ਸੌਖੇ ਹਾਂ ਸਾਨੂੰ ਕਿਸੇ ਵੀ ਚੀਜ਼ ਦੀ ਲੋੜ ਹੈ ਥੋੜ੍ਹ ਹੈ ਸਾਡਾ ਗੁਆਂਢੀ ਤੋਂ ਸਰ ਜਾਂਦਾ ਦਾਣੇ ਸਭ ਦੇ ਘਰ ਪਏ ਨਹੀਂ ਹੈ ਤਾਂ ਮਿਲ ਜਾਂਦੇ ਹੈ ਦਾਲ ਸਬਜ਼ੀ ਮਿਲ ਜਾਂਦੀ ਹੈ ਸਬਜ਼ੀ ਇੱਧਰੋਂ ਤੋੜ ਲਓ ਉੱਧਰੋਂ ਤੋੜ ਲਓ ਦੁੱਧ ਮਿਲ ਜਾਂਦਾ ਬੇਸਿਕ ਸਾਡੀਆਂ ਮੁੱਢਲੀਆਂ ਜਿਹੜੀਆਂ ਲੋੜਾਂ ਨੇ ਇਹੀ ਨੇ ਬਾਕੀ ਤਾਂ ਅਸੀਂ ਵਧਾਈਆਂ ਹੋਈਆਂ ਨੇ ਕਿ ਬੋਲਚਾਲ ਦੀ ਬੋਲੀ ਦੇ ਵਿੱਚ ਸੌਖੇ ਲਫ਼ਜ਼ ਹੋਣ ਸਾਡੇ ਅਦਬ ਦੇ ਵਿੱਚ ਹੋਏ ਸਾਡੇ ਅਦੀਬ ਸਾਡੇ ਸਾਹਿਤਕਾਰ ਇਹਦੇ ਵੱਲ ਨੂੰ ਤੁਰਨ ਅਸੀਂ ਇਨਾਮਾਂ ਸਨਮਾਨਾਂ ਦੀ ਦੌੜ ਦੇ ਵਿੱਚ ਪੈ ਗਏ ਮੈਂ ਲੋਕਧਾਰਾ ਪਰਿਵਾਰ ਦੀ ਆਪ ਸਭ ਦੀ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਤੁਸੀਂ ਮੈਨੂੰ ਦੁਬਾਰਾ ਸੁਣਿਆ ਮੈਨੂੰ ਇਹ ਮੌਕਾ ਦਿੱਤਾ ਉਮੀਦ ਕਰਦੀ ਹਾਂ ਕਿ ਮੇਰੀਆਂ ਇਹ ਛੋਟੀਆਂ ਛੋਟੀਆਂ ਗੱਲਾਂ ਤੁਹਾਨੂੰ ਪਸੰਦ ਆਈਆਂ ਹੋਣੀਆਂ ਜੇ ਇਸ 'ਤੇ ਕੋਈ ਅਮਲ ਕਰਦਾ ਮੈਂ ਤੁਹਾਡੇ ਨਾਲ ਚੱਲਣ ਨੂੰ ਤਿਆਰ ਹਾਂ ਮੈਨੂੰ ਵੀ ਨਾਲ ਰਲਾ ਸਕਦੇ ਹੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸਤਿ ਸ਼੍ਰੀ ਅਕਾਲ ਆਦਾਬ ਆਪ ਸਭ ਨੂੰ ਮੁਬਾਰਕ